ਤਾਂ ਦਲ ਬਦਲਣ ਵਾਲਿਆਂ ਦਾ ਦੇਖੋ ਕੀ ਹਾਲ ਹੋ ਗਿਆ। ਆਪਣੀ ਪਾਰਟੀ ਦੇ ਨਾਲ ਦਗੇਬਾਜ਼ੀ ਕਰਕੇ ਦੂਜੇ ਪਾਸੇ ਸ਼ਾਮਲ ਹੋਣ ਵਾਲਿਆਂ ਨਾਲ ਦੇਖੋ ਕੀ ਹੋ ਗਿਆ। ਗੱਲ ਕਰਾਂਗੇ 6 ਉਮੀਦਵਾਰਾਂ ਦੀ। ਹਾਲਾਂਕਿ ਹਰੇਕ ਕਿਸੇ ਦੇ ਨਾਲ ਨਹੀਂ ਹੋਇਆ ਮਾੜਾ, ਇੱਕ ਜਿਹੜੇ ਚੱਬੇਵਾਲ ਨੇ ਉਹ ਜਿੱਤ ਗਏ ਨੇ ਅਤੇ ਬਾਕੀ 6 ਦੇ ਅਸੀਂ ਗੱਲ ਕਰਾਂਗੇ, ਜਿਨ੍ਹਾਂ ਦੇ ਵਿੱਚੋਂ ਪਵਨ ਕੁਮਾਰ ਟੀਨੂ, ਰਵਨੀਤ ਸਿੰਘ ਬਿੱਟੂ, ਗੁਰਪ੍ਰੀਤ ਜੀਪੀ, ਸੁਸ਼ੀਲ ਕੁਮਾਰ ਰਿੰਕੂ, ਮੋਹਿੰਦਰ ਕੇਪੀ ਅਤੇ ਪਰਨੀਤ ਕੌਰ। ਇਹ 6 ਨਾਮ ਪੰਜਾਬ ਦੀ ਸਿਆਸਤ ਦੇ ਵਿੱਚ ਦਲ ਬਦਲਣ ਵਾਲੇ ਨਾਮ ਨੇ। ਜੀ ਹਾਂ, ਇਹਨਾਂ ਨੇ ਆਪਣੀ ਪਾਰਟੀਆਂ ਬਦਲੀਆਂ। ਪਵਨ ਕੁਮਾਰ ਟੀਨੂ ਜੋ ਕਿ ਆਪ ਦੇ ਵਿੱਚ ਸ਼ਾਮਲ ਹੋਏ ਸੀ, ਉਹਨਾਂ ਨੇ ਅਕਾਲੀ ਦਲ ਛੱਡਿਆ ਅਤੇ ਹੁਣ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਤੁਹਾਨੂੰ ਦੱਸ ਦਈਏ ਕਿ ਜਲੰਧਰ ਤੋਂ ਪਵਨ ਕੁਮਾਰ ਟੀਨੂ ਖੜ੍ਹੇ ਹੋਏ ਸੀ, ਜਿੱਥੋਂ ਚਰਨਜੀਤ ਸਿੰਘ ਚੰਨੀ ਨੇ ਜਿੱਤ ਪ੍ਰਾਪਤ ਕੀਤੀ ਹੈ ਅਤੇ 1,81,164 ਵੋਟਾਂ ਦੇ ਨਾਲ ਪਵਨ ਕੁਮਾਰ ਟੀਨੂ ਨੂੰ ਬੇਹੱਦ ਵੱਡੀ ਹਾਰ ਮਿਲੀ ਹੈ। ਤਾਂ ਪੰਜਾਬ ਦੀ ਜਨਤਾ ਨੇ ਇਹਨਾਂ ਨੂੰ ਪਿਆਰ ਨਹੀਂ ਦਿੱਤਾ। ਰਵਨੀਤ ਸਿੰਘ ਬਿੱਟੂ ਦੀ ਗੱਲ ਕਰਦੇ ਹਾਂ ਜੋ ਕਿ ਕਾਂਗਰਸ ਛੱਡ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸੀ, ਲੁਧਿਆਣਾ ਤੋਂ ਉਮੀਦਵਾਰ ਨੇ ਬੀਜੇਪੀ ਦੇ, ਅਤੇ ਉਹਨਾਂ ਨੂੰ ਵੀ ਹਾਰ ਦਾ ਸਾਹਮਣਾ ਦੇਖਣਾ ਪੈ ਸਕਦਾ ਹੈ ਕਿਉਂਕਿ ਅਮਰਿੰਦਰ ਸਿੰਘ ਰਾਜਾਵੜਿੰਗ ਲਗਾਤਾਰ ਅੱਗੇ ਚੱਲ ਰਹੇ ਨੇ, ਜਿਹੜੇ ਕਿ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਜੇਤੂ ਦੱਸੇ ਜਾ ਰਹੇ ਨੇ। 30,262 ਵੋਟਾਂ ਤੋਂ ਰਵਨੀਤ ਸਿੰਘ ਬਿੱਟੂ ਹਾਰ ਗਏ ਨੇ। ਤਾਂ ਗੁਰਪ੍ਰੀਤ ਜੀਪੀ ਦੀ ਗੱਲ ਕਰਾਂਗੇ ਜੋ ਕਿ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ। ਕਾਫੀ ਚਰਚਾ ਚੱਲਦੀ ਰਹੀ ਕਿ ਗੁਰਪ੍ਰੀਤ ਸਿੰਘ ਜੀਪੀ ਜਿਹੜੇ ਨੇ ਉਹ ਫਤਿਹਗੜ੍ਹ ਸਾਹਿਬ ਦੇ ਵਿੱਚ ਉਹਨਾਂ ਦੀ ਪਕੜ ਮਜ਼ਬੂਤ ਹੈ, ਪਰ ਉਹਨਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। 34,202 ਵੋਟਾਂ ਤੋਂ ਹਾਰੇ ਨੇ ਗੁਰਪ੍ਰੀਤ ਸਿੰਘ ਜੀਪੀ। ਗੱਲ ਕਰਾਂਗੇ ਹਲਕੇ ਦੀ, ਜਿਹੜੇ ਕਿ ਫਤਿਹਗੜ੍ਹ ਸਾਹਿਬ, ਅੰਮ੍ਰਿਤ ਸਿੰਘ ਜੋ ਕਿ ਕਾਂਗਰਸ ਦੇ ਨੇ ਉਹ ਜਿੱਤੇ ਨੇ 34,202 ਵੋਟਾਂ ਤੋਂ। ਗੁਰਪ੍ਰੀਤ ਜੀਪੀ 2 ਨੰਬਰ 'ਤੇ ਰਹੇ, 34,202 ਵੋਟਾਂ ਤੋਂ ਹਾਰ ਗਏ। ਗੱਲ ਕਰਾਂਗੇ ਹੁਣ ਸੁਸ਼ੀਲ ਕੁਮਾਰ ਰਿੰਕੂ ਦੀ। ਵੱਡਾ ਨਾਂ, ਮੌਜੂਦਾ MP ਸਨ ਜਲੰਧਰ ਦੇ, ਉਹਨਾਂ ਨੇ ਆਪਣੀ ਪਾਰਟੀ ਚੇਂਜ ਕੀਤੀ ਆਮ ਆਦਮੀ ਪਾਰਟੀ ਨੂੰ। ਸਭ ਤੋਂ ਪਹਿਲਾਂ ਕਾਂਗਰਸ 'ਚ ਸੀ, ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਆਏ, ਆਮ ਆਦਮੀ ਪਾਰਟੀ ਛੱਡ ਕੇ ਹੁਣ ਸੁਸ਼ੀਲ ਕੁਮਾਰ ਰਿੰਕੂ BJP ਦੇ ਵਿੱਚ ਚਲੇ ਗਏ ਸੀ। ਉਹਨਾਂ ਦੇ ਨਾਲ ਸ਼ੀਤਲ ਅੰਗੁਰਾਲ ਵੀ ਗਏ ਅਤੇ ਸੁਸ਼ੀਲ ਕੁਮਾਰ ਰਿੰਕੂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਏ ਵੱਡੇ ਮਾਰਜਨ ਦੇ ਨਾਲ। 1,75,993 ਵੋਟਾਂ ਤੋਂ ਹਾਰੇ ਨੇ ਸੁਸ਼ੀਲ ਕੁਮਾਰ ਰਿੰਕੂ ਜੋ ਕਿ ਜਲੰਧਰ ਤੋਂ। ਚਰਨਜੀਤ ਸਿੰਘ ਚੰਨੀ ਜਿੱਤੇ ਨੇ 1,75,000 ਵੋਟਾਂ ਦੇ ਨਾਲ। ਤਾਂ ਹੁਣ ਗੱਲ ਕਰਦੇ ਹਾਂ ਮੋਹਿੰਦਰ KP ਦੀ ਜੋ ਜਲੰਧਰ ਤੋਂ ਖੜ੍ਹੇ ਸੀ। ਚਰਨਜੀਤ ਸਿੰਘ ਚੰਨੀ ਜਿੱਤ ਗਏ ਨੇ ਉੱਥੋਂ ਅਤੇ ਇਹਨਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਤੁਹਾਨੂੰ ਦੱਸ ਦਈਏ ਕਿ ਬੇਹੱਦ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਏ ਜਿਹੜੇ KP ਨੇ ਅਕਾਲੀ ਦਲ 'ਚ ਆਏ ਸੀਗੇ ਕਾਂਗਰਸ ਨੂੰ ਛੱਡ ਕੇ। ਤਾਂ ਲਗਾਤਾਰ ਕਾਂਗਰਸ ਦੇ ਵਿੱਚੋਂ ਜਿਹੜੇ ਮੰਤਰੀ, ਜਿਹੜੇ ਵੱਡੇ ਲੀਡਰ ਸਨ, ਉਹ ਇੱਧਰ ਉੱਧਰ ਗਏ। ਤਾਂ ਗੱਲ ਕਰਾਂਗੇ ਚਰਨਜੀਤ ਸਿੰਘ ਚੰਨੀ ਦੀ ਜੋ ਕਿ ਜਲੰਧਰ ਤੋਂ ਜਿੱਤੇ ਨੇ, ਮੋਹਿੰਦਰ KP ਹਾਰ ਗਏ ਨੇ। ਪਰਨੀਤ ਕੌਰ ਪਟਿਆਲਾ ਤੋਂ BJP ਦੇ ਉਮੀਦਵਾਰ ਸੀ। ਤਾਂ ਦੱਸ ਦਈਏ ਕਿ ਕਾਂਗਰਸ ਨੂੰ ਛੱਡ ਕੇ BJP 'ਚ ਸ਼ਾਮਲ ਹੋਏ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਕਾਂਗਰਸ ਨੂੰ ਛੱਡ ਕੇ BJP 'ਚ ਸ਼ਾਮਲ ਹੋ ਗਏ ਸੀ। ਤਾਂ ਦੱਸ ਦਈਏ ਕਿ ਪਰਨੀਤ ਕੌਰ 16,395 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਤੀਜੇ ਨੰਬਰ 'ਤੇ, ਅਤੇ ਧਰਮਵੀਰ ਗਾਂਧੀ ਇੱਥੋਂ 14,000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ। ਧਰਮਵੀਰ ਗਾਂਧੀ ਦੀ ਜਿੱਤ ਹੋ ਸਕਦੀ ਹੈ, ਪੱਕੀ ਕਹੀ ਜਾ ਸਕਦੀ ਹੈ। ਦੂਸਰੇ ਨੰਬਰ 'ਤੇ ਡਾਕਟਰ ਬਲਬੀਰ ਸਿੰਘ ਨੇ ਆਮ ਆਦਮੀ ਪਾਰਟੀ 'ਤੇ, ਤਾਂ ਪਹਿਲੇ ਨੰਬਰ 'ਤੇ ਡਾਕਟਰ ਧਰਮਵੀਰ ਗਾਂਧੀ ਜਿਹੜੇ ਨੇ ਉਹ ਜਿੱਤਦੇ ਹੋਏ ਦਿਖਾਈ ਦੇ ਰਹੇ ਨੇ। ਅਤੇ ਇਹ ਸੀ ਦਲ ਬਦਲੂਆਂ ਦਾ ਹਾਲ, ਜਿਨ੍ਹਾਂ ਨੇ ਦਲ ਬਦਲਿਆ। ਦਲ ਬਦਲਣ ਦੇ ਨਾਲ ਪਾਰਟੀਆਂ ਵੀ ਬਦਲੀਆਂ, ਵਿਚਾਰਧਾਰਾ ਬਦਲੀ। ਜਿਹੜੇ ਪਹਿਲਾਂ ਇੱਕ ਪਾਰਟੀ ਨੂੰ ਮਾੜਾ ਬੋਲਦੇ ਸੀ, ਅਗਲੇ
ਇਲੈਕਸ਼ਨਾਂ ਦੇ ਵਿੱਚ, ਯਾਨੀ ਕਿ ਇਸ ਇਲੈਕਸ਼ਨਾਂ ਦੇ ਵਿੱਚ ਉਸੇ ਪਾਰਟੀ 'ਚ ਸ਼ਾਮਿਲ ਹੋਏ ਮਿਲੇ। ਰਵਨੀਤ ਸਿੰਘ ਬਿੱਟੂ, ਪਰਨੀਤ ਕੌਰ ਅਤੇ ਹੋਰ ਇਹਨਾਂ ਦੇ ਸਾਥੀ ਜਿਹੜੇ ਕਿ ਦੇਖਣ ਨੂੰ ਮਿਲੇ ਦੂਜੀ ਪਾਰਟੀਆਂ ਦੇ ਵਿੱਚ। ਪਵਨ ਕੁਮਾਰ ਟੀ ਨੂੰ, ਰਵਨੀਤ ਸਿੰਘ ਬਿੱਟੂ, ਗੁਰਪ੍ਰੀਤ ਜੀ ਪੀ, ਸੁਸ਼ੀਲ ਕੁਮਾਰ ਰਿੰਕੂ ਅਤੇ ਮੋਹਿੰਦਰ ਕੇ ਪੀ, ਅੰਤ ਪਰਨੀਤ ਕੌਰ, ਇਹ ਸਾਰੇ ਜਿਨ੍ਹਾਂ ਨੇ ਦਲ ਬਦਲਿਆ, ਪਰ ਇਹਨਾਂ ਨੂੰ ਹੁਣ ਹਾਰ ਦਾ ਸਾਹਮਣਾ ਕਰਨਾ ਪਿਆ। ਦਲ ਬਦਲਣ ਦਾ ਕੋਈ ਫਾਇਦਾ ਨਹੀਂ ਹੋਇਆ।